ਰੀਸੈਂਟ ਸਮੇਂ ਦੇ ਵਿੱਚ ਤੁਹਾਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਵੱਡੇ ਵੱਡੇ ਚੇਂਜਸ ਜਿਹੜੇ ਆਗੇ ਉਹ ਦੇਖਣ ਨੂੰ ਮਿਲ ਰਹੇ ਆ ਤੇ ਇਹ ਚੇਂਜਸ ਹਜੇ ਖੜਨ ਦਾ ਟਾਈਮ ਨਹੀਂ ਲੈ ਰਹੇ ਹਜੇ ਵੀ ਹੋਰ ਚੇਂਜਸ ਆ ਰਹੇ ਆ ਸੋ ਰੀਸੈਂਟਲੀ ਤੁਸੀਂ ਵੀ ਇਹ ਖਬਰ ਸੁਣੀ ਹੋਗੀ ਕਿ ਕੈਨੇਡਾ ਹੁਣ ਵਰਕ ਪਰਮਿਟ ਦੇ ਵਿੱਚ ਚੇਂਜਸ ਕਰਨ ਜਾ ਰਿਹਾ ਕਿੱਦਾਂ ਦੇ ਚੇਂਜਸ ਕਰਨ ਜਾ ਰਿਹਾ ਕਿੰਨਾਂ ਨੂੰ ਵਰਕ ਪਰਮਿਟ ਮਿਲੂਗਾ ਕਿਉਂਕਿ ਪਹਿਲਾਂ ਇਹ ਗੱਲ ਚੱਲ ਰਹੀ ਸੀ ਕਿ ਵਰਕ ਪਰਮਿਟ ਨੂੰ 3 ਸਾਲ ਤੋਂ 5 ਸਾਲ ਦਾ ਕੀਤਾ ਜਾਵੇ ਇਹਦੇ ਲਈ ਪਟੀਸ਼ਨ ਵੀ ਪਾਈ ਸੀ ਪਰ ਇਹਦਾ ਕੁਝ ਨਹੀਂ ਬਣਿਆ ਅਜੇ ਉੱਥੇ ਇਹ ਪਟੀਸ਼ਨ ਇਹਨੂੰ ਪਾਸੇ ਛੱਡ ਕੇ ਉਹਨਾਂ ਨੇ ਹੁਣ ਨਵੀਂ ਚੀਜ਼ ਜਿਹੜੀ ਆ ਉਹ ਅੱਗੇ ਜਾ ਕੇ ਕਰਨੀ ਆ ਕਿ ਜਿਹੜੇ ਵਰਕ ਪਰਮਿਟ ਆ ਇਹਦੇ ਵਿੱਚ ਬਹੁਤ ਵੱਡੇ ਜਿਹੜੇ ਚੇਂਜਸ ਕਰ ਦੇਣੇ ਆਗੇ ਹਰ ਇੱਕ ਬੰਦੇ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਪਹਿਲਾਂ ਕੀ ਹੁੰਦਾ ਸੀ ਬੱਚਾ ਪਲੱਸ 2 ਕਰਕੇ ਕੈਨੇਡਾ ਦੇ ਵਿੱਚ ਆਇਆ ਕੋਈ ਵੀ ਪ੍ਰੋਗਰਾਮ ਲੈ ਕੇ ਆ ਗਿਆ ਹਰੇਕ ਬੱਚੇ ਨੂੰ ਵਰਕ ਪਰਮਿਟ ਮਿਲ ਜਾਂਦਾ ਸੀਗਾ 2 ਸਾਲ ਦੀ ਸਟੱਡੀ ਦੇ ਨਾਲ 3 ਸਾਲ ਦਾ ਤੇ 1 ਸਾਲ ਦੀ ਸਟੱਡੀ ਦੇ ਨਾਲ 1 ਸਾਲ ਦਾ ਤੇ ਜਿਹਦੇ ਨਾਲ ਕਿ ਕੈਨੇਡਾ ਦੀ ਜਿਹੜੀ ਇਕਨੋਮੀ ਆ ਉਹ ਤਾਂ ਚੱਲਦੀ ਸੀਗੀ ਪਰ ਜਿਹੜੀਆਂ ਇੱਥੇ ਜੌਬਸ ਮਾਰਕੀਟ ਸੀਗੀ ਜਿਹੜੀ ਐਕਚੁਅਲ ਦੇ ਵਿੱਚ ਕੈਨੇਡਾ ਨੂੰ ਜੌਬ ਦੇ ਵਿੱਚ ਲੋਕਾਂ ਦੀ ਲੋਡ ਸੀਗੀ ਉਹ ਪੂਰੀ ਨਹੀਂ ਹੋ ਰਹੀ ਸੀ ਹਜੇ ਵੀ ਪੂਰੀ ਨਹੀਂ ਹੋ ਰਹੀ ਸਿਰਫ ਲੇਬਰ ਕਲਾਸ ਦੇ ਵਿੱਚ ਹੀ ਸਾਰੇ ਲੋਕੀ ਆ ਰਹੇ ਸੀਗੇ ਬੱਚੇ ਪੜ੍ਹਾਈ ਦੇ ਲਈ ਤਾਂ ਆਉਂਦੇ ਨਹੀਂ ਸੀਗੇ ਸਿਰਫ ਇੱਕ ਸੌਖਾ ਜਾਂ ਕੋਰਸ ਲੈ ਕੇ ਆਉਂਦੇ ਸੀਗੇ ਵੀ ਇਹਦੇ ਵਿੱਚ ਪੜ੍ਹਾਈ ਆਪਾਂ ਨੂੰ ਕਰਨੀ ਤਾਂ ਪਵੇ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ ਲੈ ਕੇ ਅਸੀਂ ਪੱਕੇ ਹੋ ਜਾਈਏ ਪਰ ਹੁਣ ਇਹ ਚੀਜ਼ ਨਹੀਂ ਹੈਗੀ ਕਿਉਂਕਿ ਹੁਣ ਰੀਸੈਂਟਲੀ ਮਾਰਕ ਮਿਲਰ ਜਿਹੜਾ ਕਿ ਇਮੀਗ੍ਰੇਸ਼ਨ ਮਨਿਸਟਰ ਆਗਾ ਉਹਨੇ ਇਹ ਹਿੰਟ ਦਿੱਤਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਰਕ ਪਰਮਿਟ ਦੇ ਵਿੱਚ ਬਹੁਤ ਵੱਡੇ ਜਿਹੜੇ ਚੇਂਜਸ ਕਰਾਂਗੇ ਚੇਂਜਸ ਕੀ ਹੋਣਗੇ ਕਿਹੜੀਆਂ ਚੀਜ਼ਾਂ ਨੂੰ ਉਹਨਾਂ ਨੇ ਟਾਰਗੇਟ ਕਰਨਾ ਤੁਸੀਂ ਜੇਕਰ ਨਵੇਂ ਕੈਨੇਡਾ ਦੇ ਵਿੱਚ ਆਉਣਾ ਐਜ਼ ਅ ਸਟੂਡੈਂਟ ਆਉਣਾ ਤਾਂ ਤੁਸੀਂ ਕਿਹੜੇ ਪਲਾਨ ਦੇ ਨਾਲ ਆਉਣਾਗਾ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਵਲੌਗ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਕੰਮ ਦੀਆਂ ਗੱਲਾਂ ਨੇ ਤੁਹਾਡੇ ਦੇ ਲਈ ਉਸ ਤੋਂ ਇਲਾਵਾ ਤੁਸੀਂ ਸਾਡੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਡੇਲੀ ਅਪਡੇਟ ਦੇ ਲਈ ਤੁਸੀਂ ਸਾਡਾ ਇੰਸਟਾਗ੍ਰam ਪੇਜ ਸਿੱਧੂ ਕਪੜਾ ਪੇਜ ਵੀ ਤੁਸੀਂ ਲਾਈਕ ਕਰ ਲਓ ਤੇ ਉਸ ਤੋਂ ਬਿਨਾ ਇਮੀਗ੍ਰੇਸ਼ਨ ਨਾਲ ਰਿਲੇਟਡ ਥੋੜਾ ਕੋਈ ਵੀ ਕੰਮਕਾਰ ਹੈਗਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਚਲੋ ਆਪਾਂ ਵਲੌਗ ਦੀ ਕਰਦੇ ਹਾਂ ਸ਼ੁਰੂਆਤ ਵੈਸੇ ਕੋਈ ਨਿਊਜ਼ ਅਫੀਸ਼ੀਅਲ ਨਹੀਂ ਹੈਗੀ ਹਜੇ ਜਸਟ ਲਾਈਕ ਘੰਟੇ ਉਹਨਾਂ ਨੇ ਦਿੱਤਾ ਵਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਚੇਂਜਸ ਹੋਣਗੇ ਤੋ ਜੇ ਗੱਲ ਕਰੀਏ ਇਮੀਗ੍ਰੇਸ਼ਨ ਦੇ ਤੱਕ ਜਿਹੜੇ ਇਮੀਗ੍ਰੇਸ਼ਨ ਦੇ ਸਰਵੇ ਹੋਏ ਉਹਨਾਂ ਨੇ ਇਹ ਚੀਜ਼ ਜਿਹੜੀ ਆ ਉਹ ਸਰਵੇ ਦੇ ਉੱਤੋਂ ਦੇਖੀ ਵੀ ਚ 90% ਸਟੂਡੈਂਟ ਆਉਂਦੇ ਆ ਕੈਨੇਡਾ ਦੇ ਵਿੱਚ ਉਹ ਜਸਟ ਇਸੇ ਕਰਕੇ ਆਉਂਦੇ ਆ ਕਿ ਉਹ ਇੱਕ ਈਜ਼ੀ ਕੋਰਸ ਲੈ ਕੇ ਆਉਣ ਆਪਣੀ ਸਟੱਡੀ ਕੰਪਲੀਟ ਕਰਨ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਵੇ ਪਹਿਲਾਂ ਕੀ ਹੁੰਦਾ ਸੀਗਾ ਕਿ ਜਦੋਂ 3 ਸਾਲ ਦਾ ਵਰਕ ਪਰਮਿਟ ਹੁੰਦਾ ਸੀਗਾ ਤੇ 3 ਸਾਲ ਦੇ ਵਰਕ ਪਰਮਿਟ ਦੇ ਵਿੱਚ ਵਿੱਚ ਸਟੂਡੈਂਟਸ ਦੀ ਪੀਆਰ ਜਿਹੜੀ ਆ ਹੋ ਜਾਂਦੀ ਸੀਗੀ ਕਿ ਕਿ ਉਦੋਂ ਕੀ ਸੀਗਾ ਬਹੁਤ ਸਾਰੇ ਪ੍ਰੋਵਿੰਸਿਸ ਐਤਾਂ ਦੀਆਂ ਸੀ ਜਿੱਥੇ ਪ੍ਰੋਗਰਾਮਸ ਵੀ ਚੱਲਦੇ ਸੀਗੇ ਜਾਂ ਜਿਹੜੇ ਐਕਸਪ੍ਰੈਸ ਐਂਟਰੀ ਤੇ ਸਕੋਰਸ ਆ ਉਹ ਵੀ ਐਨੇ ਹਾਈ ਨਹੀਂ ਸੀ ਗਏ ਬਟ ਜੇ ਆਪਾਂ ਹੁਣ ਦੀ ਗੱਲ ਕਰੀਏ ਤਾਂ ਹੁਣ ਪੀਆਰ ਵੀ ਇੱਕ ਸਟੂਡੈਂਟਸ ਦੇ ਲਈ ਵੱਡੀ ਸਟਰਗਲ ਆ ਹੁਣ ਜੇ ਆਪਾਂ ਗੱਲ ਕਰੀਏ ਵੀ ਛੇ ਕੈਨੇਡਾ ਨੇ ਵਰਕ ਪਰਮਿਟ ਬੰਦ ਕਰ ਦਿੱਤੇ ਤਾਂ ਸਟੂਡੈਂਟਸ ਦਾ ਫਿਊਚਰ ਕੀ ਹੋਊਗਾ ਹੁਣ ਗਵਰਨਮੈਂਟ ਨੇ ਬੇਸਿਕਲੀ ਇਹ ਚੇਂਜਸ ਤਾਂ ਕਰਨੇ ਕਿਉਂਕਿ ਗਵਰਨਮੈਂਟ ਨੂੰ ਲੱਗਿਆ ਕਿ ਅਸੀਂ ਇੱਥੇ ਲੇਬਰ ਕਲਾਸ ਤਾਂ ਬਹੁਤ ਇਕੱਠੀ ਕਰ ਲਈ ਨਾ ਕਿਉਂਕਿ ਮੋਸਟਲੀ ਸਟੂਡੈਂਟਸ ਨੇ ਉਹ ਕੋਰਸ ਚੂਜ਼ ਕੀਤੇ ਜਿਹੜੇ ਸਿਰਫ ਉਹ ਸਟੱਡੀ ਕਰਕੇ ਪਾਸ ਕਰ ਲੈਣ ਤੇ ਉਤਤਵਾਦੇ ਵਿੱਚ ਵਰਕ ਪਰਮਿਟ ਲੈ ਕੇ ਤੇ ਪੀਆ ਲੈ ਲੈਣ ਪਰ ਹਜੇ ਵੀ ਕੈਨੇਡਾ ਦੇ ਵਿੱਚ ਜਿਹੜੀਆਂ ਜੌਬਸ ਦੇ ਵਿੱਚ ਲੇਬਰਸ ਦੀ ਸ਼ਾਰਟੇਜ ਸੀਗੀ ਜਿਵੇਂ ਆਪਾਂ ਹੈਲਥ케ਅਰ ਦੀ ਗੱਲ ਕਰੀਏ ਜਾਂ ਹੋਰ ਬਹੁਤ ਆਕਿਊਪੇਸ਼ਨਸ ਆ ਮੈਕੈਨਿਕਸ ਦੀ ਗੱਲ ਕਰੀਏ ਪਲੰਬਰਸ ਦੀ ਗੱਲ ਕਰੀਏ ਉਹ ਹਾਲੇ ਵੀ ਪੋਜੀਸ਼ਨਸ ਹੋਵੇ ਪਈਆਂ ਉਹ ਫਿਲ ਆਊਟ ਨਹੀਂ ਹੋਈਆਂ ਸੋ ਗਵਰਨਮੈਂਟ ਨੇ ਇਹ ਚੀਜ਼ ਲਾਈਕ ਜੇ ਅਸੀਂ ਸਕੇਲ ਤੇ ਲੋਕਾਂ ਨੂੰ ਹੀ ਬੁਲਾਈਏ ਉਥੋਂ ਉਹ ਕੋਰਸ ਲੈ ਕੇ ਆਉਣ ਜਿਨ੍ਹਾਂ ਦਾ ਇੱਥੇ ਆ ਕੇ ਚੌਂਕ ਮਾਰਕੀਟ ਨੂੰ ਵੀ ਫਾਇਦਾ ਹੋਵੇ ਸਟੂਡੈਂਟਸ ਦੇ ਲਈ ਵੀ ਉਹ ਕੋਰਸਿਸ ਬੈਟਰ ਹਨ ਅਸੀਂ ਵੀ ਜਦੋਂ ਆਏ ਸੀ ਕੈਨੇਡਾ ਦੇ ਵਿੱਚ ਐਦਾਂ ਦੇ ਕੋਰਸ ਲੈ ਕੇ ਆਏ ਸੀ ਜਿਵੇਂ ਅਸੀਂ ਪ੍ਰੋਜੈਕਟ ਮੈਨੇਜਮੈਂਟ ਲਿਆ ਮੋਸਟਲੀ ਬੱਚੇ ਬਿਜ਼ਨਸ ਦਾ ਲੈ ਕੇ ਆਉਂਦੇ ਨੇ ਕਿਉਂਕਿ ਇਹ ਕੋਰਸ ਈਜ਼ੀ ਹੁੰਦੇ ਨੇਗੇ ਤੇ ਆਪਾਂ ਜਿਹੜੇ ਕਹੋਏ ਖਾਸ ਕਰ ਪੰਜਾਬ ਦੇ ਵਿੱਚ ਉਹਨੇ ਆਪਾਂ ਨੂੰ ਪੜ੍ਹਾਈ ਦੇ ਨਾਲ ਇੰਨਾ ਲਗਾਵ ਨਹੀਂ ਹੁੰਦਾ ਪੜ੍ਹਨ ਹੁੰਦਾ ਯਾਰ ਵੀ ਅਸੀਂ ਪੜ੍ਹਾਈ ਤੋਂ ਕੀ ਲੈਣਾ ਬਸ ਅਸੀਂ ਪੱਕੇ ਹੋ ਜਾਈਏ ਪਰ ਹੁਣ ਜਿਹੜੇ ਨਵੇਂ ਰੂਲ ਆਗੇ ਜੋ ਨਵਾਂ ਮਾਰਕ ਮਿਲਰ ਨੇ ਹਿੰਟ ਦਿੱਤਾਗਾ ਇਹਨੂੰ ਅਜੇ ਇੰਪਲੀਮੈਂਟ ਨਹੀਂ ਕੀਤਾ ਇਹਨੂੰ ਆਫੀਸ਼ੀਅਲ ਨਿਊਜ਼ ਨਾ ਸਮਝਿਓ ਇਹ ਸਿਰਫ ਹਿੰਟ ਦਿੱਤਾ ਉਹਨਾਂ ਨੇ ਉਹਨਾਂ ਨੇ ਇਹ ਕਿਹਾਗਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਰਕ ਪਰਮਿਟ ਉਹਨਾਂ ਬੱਚਿਆਂ ਨੂੰ ਇਸ਼ੂ ਕਰਾਂਗੇ ਜਿਹੜੇ ਇੱਕ ਸਪੈਸੀਫਿਕ ਓਕੂਪੇਸ਼ਨ ਦੇ ਵਿੱਚ ਸਟੱਡੀ ਲੈ ਕੇ ਆਉਣਗੇ ਸੋ ਮੀਨਸ ਕਿ ਤੁਹਾਡੀ ਜਿਆਦਾ ਸਟੱਡੀ ਹੈਲਥ ਕੇਅਰ ਦੇ ਵਿੱਚ ਹੋਵੇ ਸਕਿਲਡ ਟ੍ਰੇਡ ਦੇ ਵਿੱਚ ਹੋਵੇ ਜਾਂ ਤੁਸੀਂ ਕਹਿ ਲੋ ਕਿ ਕੋਈ ਆਈਟੀ ਦੇ ਵਿੱਚ ਹੋਵੇ ਜਿਨ੍ਹਾਂ ਦਾ ਕੈਨੇਡਾ ਨੂੰ ਲੋਡ ਹੈਗੀ ਮਤਲਬ ਕਿ ਸਕੋਪ ਹੈਗਾ ਜਿਹੜੀ ਸਟੱਡੀ ਦਾ ਕਿਉਂਕਿ ਜਿਹੜੇ ਆਹ ਕੋਰਸ ਬਿਜ਼ਨਸ ਦੇ ਹੋਗੇ ਪ੍ਰੋਜੈਕਟ ਮੈਨੇਜਮੈਂਟ ਹੋਗੇ ਹੋਰ ਕੋਰਸ ਹੋਗੇ ਇਹਨਾਂ ਦਾ ਅੱਗੇ ਜਾ ਕੇ ਕੋਈ ਵੀ ਸਕੋਪ ਨਹੀਂਗਾ 90% ਬੱਚਿਆਂ ਦੇ ਇਹੀ ਕੋਰਸ ਕੀਤੇ ਹੋਏ ਆਗੇ ਪਰ ਹੁਣ ਜੇਕਰ ਤੁਸੀਂ ਇਹਨਾਂ ਸਪੈਸੀਫਿਕ ਫੀਲਡ ਦੇ ਵਿੱਚ ਆ ਕੇ ਤੁਸੀਂ ਸਟੱਡੀ ਕਰੋਗੇ ਤਾਂ ਫੇਰ ਹੀ ਉਹ ਕਹਿੰਦੇ ਅਸੀਂ ਤੁਹਾਨੂੰ ਵਰਕ ਪਰਮਿਟ ਦੇ ਲਈ ਐਲੀਜੀਬਲ ਕਰਾਂਗੇ ਇਸ ਤੋਂ ਇਲਾਵਾ ਜਦੋਂ ਅੱਗੇ ਵਰਕ ਪਰਮਿਟ ਲੈਣਾ ਹੁੰਦਾ ਸੀ ਤਾਂ ਆਪਾਂ ਕੁਈ ਆਲਸ ਨਹੀਂ ਕਰਨਾ ਹੁੰਦਾ ਸੀ ਕੁਝ ਨਹੀਂ ਲੋਡ ਆਉਂਦੀ ਸੀਗੀ ਬਸ ਪੜਾਈ ਪੂਰੀ ਕੀਤੀ ਵਰਕ ਪਰਮਿਟ ਅਪਲਾਈ ਕੀਤਾ ਤੇ ਆਪਣਾ 3 ਸਾਲ ਦਾ ਵਰਕ ਪਰਮਿਟ ਆ ਗਿਆ ਪਰ ਉਹਨਾਂ ਨੇ ਇਹ ਚੀਜ਼ ਵੀ ਮੈਂਸ਼ਨ ਕੀਤੀ ਆ ਕਿ ਅਸੀਂ ਇਹਦੇ ਵਿੱਚ ਇਹ ਲੈਂਗੁਏਜ ਵੀ ਰੱਖਾਂਗੇ ਜੇਕਰ ਆਲਸ ਦੇ ਵਿੱਚ ਬੈਂਡ ਸਕੋਰ ਆਉਂਦੇ ਨੇ ਫੇਰ ਤੁਹਾਨੂੰ ਅੱਗੇ ਜਾ ਕੇ ਜਿਹੜਾ ਵਰਕ ਪਰਮਿਟ ਮਿਲੇਗਾ ਸੋ ਮੀਨਸ ਪਹਿਲਾਂ ਸਟੱਡੀ ਤੇ ਸਟੱਡੀ ਪਰਮਿਟ ਤੇ ਆਉਣ ਦੇ ਲਈ ਵੀ ਤੁਹਾਨੂੰ ਆਲਸ ਫਿਰ ਵਰਕ ਪਰਮਿਟ ਦੇ ਲਈ ਵੀ ਤੁਹਾਨੂੰ ਆਲਸ ਕਰਨਾ ਪੈ ਸਵਾਗਤ ਆਗਾ ਜਿਹੜੇ ਲਾਸਟ ইয়ার चेंजेस ਹੋਏ ਆ ਜਿਹਦੇ ਵਿੱਚ ਆਪਾਂ ਗੱਲ ਕਰੀਏ ਜੀਆਈਸੀ ਦੀ ਜਾਂ ਵੀਜ਼ਾ ਨੂੰ ਘਟਾਉਣ ਵਾਸਤੇ ਇਹਨਾਂ ਨੇ ਹੈ ਨਾ ਸਟੂਡੈਂਟ ਵੀਜ਼ਾ ਦੇ ਵੀ ਕੈਪਿੰਗ ਲਾਈਫ ਫਿਰ ਆਪਾਂ ਜੇ ਟੈਂਪਰੇਰੀ ਵੀਜ਼ੇ ਦੀ ਗੱਲ ਕਰੀਏ ਤਾਂ 스ਪਾਊਸ ਨੂੰ ਵੀ ਇਹਨਾਂ ਨੇ ਕੀਤਾ ਟਾਰਗੇਟ ਕਿ 스ਪਾਊਸ ਫਾਈਲਸ ਵੀ ਹੁਣ ਨਾਲ ਜ਼ਿਆਦਾ ਲੱਗਣ ਬਟ ਉਹਨਾਂ ਆਪਾਂ ਗੱਲ ਕਰਦੇ ਕਿ ਇਹਦਾ ਪੋਜ਼ਿਟਿਵ ਇੰਪੈਕਟ ਕੀ ਪਊਗਾ ਕਈ ਵਾਰ ਕੀ ਹੁੰਦਾ ਸੀਗਾ ਜਦੋਂ ਆਪਾਂ ਵੀ ਅਸੀਂ ਵੀ ਉਹ ਟਾਈਮ 'ਚ ਸੀਗੇ ਜਦੋਂ ਪਲੱਸ 2 ਕਰਦੇ ਆ ਬੱਚੇ ਜਾਂ ਡਿਗਰੀ ਕਰਦੇ ਆ ਤਾਂ ਇਹ ਜੰਟ ਕੋਲੇ ਜਾਂਦੇ ਆ ਤੇ ਇਹ ਜੰਟ ਕੋਈ ਸੌਖਾ ਜਿਹਾ ਕੋਰਸ ਜਿਹੜਾ ਵਾ ਉਹ ਦਵਾ ਦਿੰਦਾ ਸੀਗਾ ਤੇ ਉਹ ਕਹਿ ਦਿੰਦਾ ਸੀ ਤੈਨਾਂ ਇੱਕ ਦਿਨ ਕਾਲਜ ਹੋਊਗਾ ਵਧੀਆ ਤੂੰ ਕੰਮਕਾਰ ਕਰੀ ਜਾਊਗਾ ਆਪਣੀ ਪੜਾਈ ਖਤਮ ਕਰਕੇ ਤੈਨੂੰ ਵਰਕ ਪਰਮਿਟ ਮਿਲ ਜਾਣਾ ਵਾ ਤੇ ਸਟੂਡੈਂਟਸ ਦਾ ਵੀ ਮੇਨ ਫੋਕਸ ਇਹੀ ਹੁੰਦਾ ਸੀਗਾ ਬਟ ਹੁਣ ਕੀ ਉਹ ਜਦੋਂ ਆਪਾਂ ਪੜਾਈ ਖਤਮ ਕਰ ਲੈਂਦੇ ਸੀਗੇ ਉਹਦੇ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਸੀ ਕਿ ਜੜੇ ਮੈਂ ਐਨਆ ਫੀਸਾ ਜੜੀਆਂ ਸੀਗੀਆਂ ਉਹ ਬਿਲਕੁਲ ਵੇਸਟ ਕੀਤੀਆਂ ਕਿਉਂਕਿ ਇੱਥੇ ਜਦੋਂ ਆਪਾਂ ਫਿਰ ਐਨਆ ਆਪਾਂ ਨੂੰ ਪਤਾ ਲੱਗਦਾ ਵਾ ਕਿ ਇੱਥੇ ਕਿਹੜੀਆਂ ਜੌਬਸ ਜੜੀਆਂ ਡਿਮਾਂਡਿੰਗ ਦੇ ਵਿੱਚ ਜਮਿਆ ਸਟੱਡੀ ਲੈ ਕੇ ਆਉਂਦਾ ਤਾਂ ਮੈਨੂੰ ਆ ਫਾਇਦਾ ਹੋਣਾ ਸੀਗਾ ਸੋ ਕਿਤੇ ਨਾ ਕਿਤੇ ਹੁਣ ਜਦੋਂ ਇਹ ਚੀਜ਼ ਆਊਗੀ ਤਾਂ ਜਿਹੜੇ ਸਟੂਡੈਂਟਸ ਵੀ ਆਊਏ ਆਪਣੇ एलिਜੀਬਿਲਟੀ ਚੈੱਕ ਕਰਕੇ ਆਉਣਗੇ ਕਿ ਕਿਹੜੇ ਕੋਰਸ ਦੇ ਵਿੱਚ ਅਸੀਂ ਚਾਹੀਏ ਤੇ ਸਾਨੂੰ ਵਰਕ ਪਰਮਿਟ ਮਿਲੇ ਜੀ ਤੇ ਨਾਲ ਗਵਰਨਮੈਂਟ ਨੂੰ ਤਾਂ ਫਾਇਦਾ ਹੋਊਗਾ ਤੇ ਸਟੂਡੈਂਟਸ ਵੀ ਜਿਹੜੀਆਂ ਫੀਸਾਂ ਭਰਣਗੇ ਉਹ ਕਿਤੇ ਨਾ ਕਿਤੇ ਵੇਸਟ ਨਹੀਂ ਜਾਣਗੀਆਂ ਪਰ ਜੇ ਆਪਾਂ ਦੂਜੇ ਪਾਸੇ ਕਰੀਏ ਬੈਡ ਇੰਪੈਕਟ ਦੀ ਉਹਦਾ ਇਹ ਪਊਗਾ ਕਿ ਹੁਣ ਜੇ ਇਹਨਾਂ ਨੇ ਆਲਸ ਰੱਖ ਦਿੱਤੀ ਸੋ ਸਟੋਰਟ ਉੱਥੋਂ ਤਾਂ ਅਲਸ ਕਰਕੇ ਆ ਜਾਂਦੇ ਆ ਇੱਥੇ ਫੇਰ ਆ ਕੇ ਆਲਸਾ ਟੈਸਟ ਦੁਬਾਰਾ ਪਾ ਲਈ ਇੱਕ ਤਰ੍ਹਾਂ ਦੀ ਦੁਬਾਰਾ ਫੀਸ ਭਰਨੀ ਫੇਰ ਇੱਥੇ ਜਦੋਂ ਤੁਸੀਂ ਕੰਮ ਵੀ ਕਰਦੇ ਹੋ ਸਟੱਡੀ ਵੀ ਕਰਦੇ ਹੋ ਤਾਂ ਉਹ ਦੋਨੋਂ ਚੀਜ਼ਾਂ ਨੂੰ ਬੈਲੈਂਸ ਕਰਨਾ ਵੀ ਬਹੁਤ ਔਖਾ ਵਾ ਤੇ ਬਾਕੀ ਗਵਰਨਮੈਂਟ ਦਾ ਕੋਈ ਨਹੀਂ ਪਤਾ ਹੁੰਦਾ ਕਈ ਵਾਰ ਇਹ ਕਹਿ ਦਿੰਦੇ ਹੁੰਦੇ ਕਿ ਜਿਹੜੇ ਸਟੂਡੈਂਟ ਇੱਥੇ ਵੀ ਆ ਉਹਨਾਂ ਦੇ ਵੀ ਇਹ ਰੂਲਸ ਇੰਪਲੀਮੈਂਟ ਹੋ ਰਿਹਾ ਸੋ ਜੇ ਇਹਨਾਂ ਨੇ ਆ ਚੀਜ਼ ਕੀਤੀ ਤਾਂ ਸਟੂਡੈਂਟਸ ਦੇ ਵਿੱਚ ਕਾਫੀ ਪੈਨਿਕ ਵੀ ਜਿਹੜਾ ਉਹ ਕ੍ਰੀਏਟ ਹੋਊਗਾ ਪਹਿਲਾਂ ਜਦੋਂ ਵੀ ਆਪਾਂ ਫੀਸਾਂ ਭਰਦੇ ਸੀਗੇ ਇੱਕ ਐਵਰੇਜ ਬੱਚੇ ਦੀ ਜਿਹੜੀ ਫੀਸ ਹੁੰਦੀ ਸੀ ਇੱਕ ਸੈਮੈਸਟਰ ਦੀ 8 ਤੋਂ 9000 ਡਾਲਰ ਹੁੰਦੀ ਸੀ ਇੱਕ ਸਾਲ ਦੀ 18000 ਡਾਲਰ ਤੇ ਦੋ ਸਾਲ ਦੀ 36000 ਡਾਲਰ ਤੁਹਾਡੀ ਫੀਸ ਪੈਂਦੀ ਸੀ 36000 ਡਾਲਰ ਪਲੱਸ ਆਪਣੀ ਜੀਆਈਸੀ ਲਾ ਲਓ ਕਿ 10000 ਡਾਲਰ ਤੁਹਾਡੀ ਪਹਿਲਾਂ ਜੀਆਈਸੀ ਜੀ ਕਿ 46-50000 ਡਾਲਰ ਤੁਹਾਡਾ ਖਰਚਾ ਲਾ ਲਓ 50000 ڈالر ਲਾ ਕੇ ਵੀ ਬੱਚੇ ਨੂੰ ਇਹ ਨਹੀਂ ਸੀ ਪਤਾ ਕਿ ਮੈਨੂੰ ਇਹ ਸਟੱਡੀ ਕਰਕੇ ਅੱਗੇ ਜਾ ਕੇ ਜੋਬ ਮਿਲਣੀ ਹੈ ਕਿ ਨਹੀਂ ਕੋਈ ਬੱਚਾ ਟ੍ਰੈਕਿੰਗ ਦੇ ਵਿੱਚ ਸੀਗਾ ਕੋਈ ਬੱਚਾ ਕਿਸੇ ਹੋਰ ਫੀਲਡ ਦੇ ਵਿੱਚ ਜਿਹੜੀ ਫੀਲਡ ਦੇ ਵਿੱਚ ਆਪਾਂ ਸਟੱਡੀ ਕੀਤੀ ਉਹਦੇ ਵਿੱਚ ਦਾ ਜੋਬ ਹੀ ਹੈ ਨਹੀਂ ਉਹ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਸੀ ਪਰ ਇਹਦਾ ਪੋਜ਼ਿਟਿਵ ਇੰਪੈਕਟ ਇਹ ਹੋ ਸਕਦਾ ਵੀ ਹੁਣ ਜੇ ਤੁਸੀਂ 40-50000 ڈالر ਖਰਚ ਰਹੇ ਹੋਗੇ ਐਟ ਲੀਸਟ ਸਾਨੂੰ ਪਤਾ ਤਾਂ ਹੈ ਨਾ ਇਸ ਫੀਲਡ ਦੇ ਵਿੱਚ ਸਾਨੂੰ ਅੱਗੇ ਜਾ ਕੇ ਜੌਬ ਮਿਲ ਜਾਣੀ ਹੈ ਜੇ ਅੱਜ 50000 ਖਰਚਿਆਗਾ ਤਾਂ ਇਹਦਾ ਸਾਨੂੰ ਰਿਟਰਨ ਆ ਜਾਣਾਗਾ ਸੋ ਤੁਹਾਡਾ ਫਿਊਚਰ ਅੱਗੇ ਜਾ ਕੇ ਸੈੱਟ ਹੋ ਸਕਦਾਗਾ ਸੋ ਇਹ ਇੱਕ ਪੋਜ਼ਿਟਿਵ ਇਫੈਕਟ ਪੈ ਸਕਦਾ ਇਸ ਚੀਜ਼ ਦਾ ਸੋ ਮੀਨਸ ਇਹ ਆ ਵੀ ਜੇ ਤਾਂ ਹੁਣ ਬੱਚੇ ਨੇ ਇਹ ਸੋਚਣਾ ਵੀ ਮੈਂ ਪੜਨਾ ਤੇ ਪੜ ਕੇ ਮੈਂ ਜੌਬ ਲੈਣੀ ਆ ਤਾਂ ਮੈਨੂੰ ਆਹ ਕੋਰਸ ਕਰਨਾ ਪਊਗਾ ਪਰ ਜੇ ਤੁਸੀਂ ਇਹ ਸੋਚਣਾਗਾ ਵੀ ਮੈਂ ਪੜਾਂ ਵੀ ਪੜਾਈ ਦੇ ਨਾਲ ਨਾਲ ਵੀ ਮੈਂ ਖਰਚਾ ਕੱਢਾਂ મતલਬ ਕਿ ਮੈਂ ਪੈਸੇ ਕਮਾ ਲਾਂ ਤਾਂ ਉਹ ਚੀਜ਼ ਹੁਣ ਥੋੜੀ ਜੀ ਪਿੱਛੇ ਹਟ ਜੂਗੀ ਵੀ ਹੁਣ ਸਿਰਫ ਉਹ ਕਹ ਲਓ ਕਿ ਕ੍ਰੀਮ ਤੇ ਕ੍ਰੀਮ ਹੀ ਆਉਗੀ ਇੱਥੇ ਵਧੀਆ ਕੋਰਸ ਵਾਲੇ ਜਿਹੜੇ ਵਾਕਈ ਕੈਨੇਡਾ ਨੂੰ ਲੋੜ ਆ ਜਿੰਨਾਂ ਚੀਜ਼ਾਂ ਦੀ ਉਹਨਾਂ ਚੀਜ਼ਾਂ ਤੇ ਜ਼ਿਆਦਾ ਜਿਹੜਾ ਫੋਕਸ ਕੀਤਾ ਜਾ ਰਿਹਾਗਾ ਅ ਜਿਵੇਂ ਹੁਣ ਤੁਸੀਂ ਦੇਖ ਲਓ ਵੀ ਇੱਕ ਇਹਨਾਂ ਨੇ ਇੱਕ ਗ੍ਰਾਫ ਦਿੱਤਾ ਸੀਗਾ ਹਨਾ ਗ੍ਰਾਫ ਦੇ ਵਿੱਚ ਇਹਨਾਂ ਨੇ ਸ਼ੋ ਕੀਤੇ ਸੀਗੇ ਕੋਰਸਸ ਇਹਨਾਂ ਨੇ ਕੋਰਸ ਸ਼ੋ ਕੀਤੇ ਸੀਗੇ ਵੀ ਜਿਹੜੇ ਕੋਰਸਸ ਦੀ ਅੱਗੇ ਜਾ ਕੇ ਜੌਬ ਨਹੀਂ ਹੈਗੀ ਕੋਈ ਉਹਦੀ ਇੱਥੇ ਡਿਮਾਂਡ ਨਹੀਂ ਹੈਗੀ ਸਭ ਤੋਂ ਜ਼ਿਆਦਾ 90% ਬੱਚੇ ਉਹ ਕੋਰਸ ਦੇ ਵਿੱਚ ਹੀ ਆਏ ਇੱਥੇ ਜੇ ਆਪਾਂ ਗੱਲ ਕਰੀਏ ਉਹ ਸਰਵੇਖਣ ਇਹਨਾਂ ਨੇ ਇਹ ਵੀ ਚੀਜ਼ ਦੇਖੀ ਹੈ ਕਿ ਜੇ ਆਪਾਂ ਹੈਲਥ케ਅਰ ਦੀ ਗੱਲ ਕਰੀਏ ਤਾਂ ਕੋਈ ਵੀ ਸਟੂਡੈਂਟ ਹੈਲਥ케ਅਰ ਦੇ ਵਿੱਚ ਨਹੀਂ ਹੈ ਮਤਲਬ ਹੈਲਥ케ਅਰ ਦੀ ਰੇਸ਼ਿਓ ਜਿਹੜੀ ਸੀਗੀ ਜ਼ੀਰੋ ਦੇ ਜਿਹੜੀ ਸੀਗੀ ਬਰਾਬਰ ਸੀਗੀ ਪਰ ਜੇ ਆਪਾਂ ਇਹਦੇ ਵਿੱਚ ਫਾਲਟ ਦੀ ਗੱਲ ਕਰੀਏ ਤਾਂ ਕਈ ਵਾਰ ਐਦਾਂ ਹੁੰਦਾ ਕਿ ਸਟੂਡੈਂਟਸ ਨੂੰ ਅਵੇਅਰਨੈਸ ਦੀ ਉੱਤੇ ਹੀ ਜੰਟ ਦੱਸ ਦਿੰਦੇ ਆ ਬਾਕੀ ਗਵਰਨਮੈਂਟ ਦੀ ਗੱਲ ਕਰੀਏ ਤਾਂ ਗਵਰਨਮੈਂਟ ਨੇ ਵੀ ਪਹਿਲਾ ਇਹ ਸਟੈਪ ਨਹੀਂ ਸੀ ਲਈ ਪਹਿਲਾਂ ਕੀ ਹੁੰਦਾ ਸੀਗਾ ਸਟੂਡੈਂਟਸ ਨੂੰ ਹੁੰਦਾ ਸੀ ਕਿ ਮੇਰਾ ਤਾਂ ਮੇਨ ਫੋਕਸ ਆ ਮੈਂ ਜਾਣਾ ਮੈਂ ਉੱਥੇ ਪਰ ਇਹ ਸਾਰੀਆਂ ਚੀਜ਼ਾਂ ਦਾ ਗਵਰਨਮੈਂਟ ਨੂੰ ਹੋਣਾ ਜਿਹੜਾ ਵਾ ਉਹ ਰਿਅਲਾਈਜ਼ੇਸ਼ਨ ਹੋ ਰਹੀ ਆ ਤਾਂ ਕਰਕੇ ਜੀ ਆਪਾਂ ਗੱਲ ਕਰੀਏ ਡੇ ਬਾਈ ਡੇ ਰੂਲਸ ਸੱਤ ਵੀ ਹੋਈ ਜਾਂਦੇ ਆ ਤੇ ਰੂਲਸ ਦੇ ਵਿੱਚ ਕਾਫੀ ਸਾਰੇ ਚੇਂजेस ਵੀ ਹੋ ਰਿਹਾ ਸੋ ਹੁਣ ਬੇਸਿਕਲੀ ਜਿਹੜਾ ਇਮੀਗ੍ਰੇਸ਼ਨ ਸਿਸਟਮ ਆ ਪੂਰਾ ਸੈੱਟ ਹੋਊਗਾ ਕੈਨੇਡਾ ਦਾ ਜਿਵੇਂ ਪਹਿਲਾਂ ਸੀਗਾ ਉਹਨਾਂ ਨੇ ਜੀਆਈਸੀ ਵਧਾਤੀ 20 ਤੋਂ 21 10 ਤੋਂ 21 20000 ਡਾਲਰ ਜੜੀ ਆ ਕਿ ਜੀਆਈਸੀ ਕਰਤੀ ਸੀ ਫਿਰ ਉਹਨਾਂ ਨੇ ਸਪਾਊਸ ਵਰਕ ਪਰਮਿਟ ਜਿਹੜੇ ਆ ਉਹ ਬੰਦ ਕਰਤੇ ਆਗੇ ਉਸ ਤੋਂ ਬਾਅਦ ਉਹਨਾਂ ਨੇ ਸਟੂਡੈਂਟ ਤੇ ਕੈਪ ਲਾਤੀ ਆ ਕਿ ਹੁਣ ਸਭ ਤੋਂ ਵੱਡਾ ਚੀਜ਼ ਜਿਹੜਾ ਹੈਗਾ ਵਰਕ ਪਰਮਿਟ ਦਾ ਚੇਂਜ ਆ ਤੇ ਇਹਦੇ ਨਾਲ ਬਹੁਤ ਵੱਡਾ ਜਿਹੜਾ ਇੰਪੈਕਟ ਹੋਣ ਵਾਲਾ ਹਜੇ ਇਹਦੇ ਵਿੱਚ ਇਹ ਵੀ ਨਹੀਂ ਪਤਾ ਵੀ ਜਿਹੜੇ ਬੱਚੇ ਆਲਰੇਡੀ ਸਟੱਡੀ ਕਰ ਰਹੇ ਆ ਵੀ ਉਹਨਾਂ ਤੇ ਵੀ ਇਹ ਇੰਪਲੀਮੈਂਟ ਹੋਣਗੇ ਜਾਂ ਨਹੀਂ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਜੇ ਤੁਸੀਂ ਹਜੇ ਕੈਨੇਡਾ ਦੇ ਲਈ ਤਿਆਰੀ ਕਰ ਰਹੇ ਹੋ ਵੀ ਤੁਸੀਂ ਸੋਚ ਰਹੇ ਹੋ ਜੇ ਅਸੀਂ ਆਪਣੇ ਬੱਚੇ ਨੂੰ ਬਾਹਰ ਭੇਜਣਾਗਾ ਉਹਨੇ ਪਲੱਸ 2 ਕਰ ਲਈ ਆ ਜਾਂ ਉਹਨੇ ਗ੍ਰੈਜੂਏਸ਼ਨ ਕਰ ਲਈ ਆ ਤਾਂ ਉਹਦੇ ਲਈ ਇੱਕ ਪਲਾਨ ਬਣਾਓ ਕੈਨੇਡਾ ਦੇ ਵਿੱਚ ਕਿਹੜੀਆਂ ਜੌਬਸ ਡਿਮਾਂਡ ਦੇ ਵਿੱਚ ਨੇ ਜਿਵੇਂ ਅਸੀਂ ਪਿੱਛੇ ਪਹਿਲਾਂ ਵੀਡੀਓ ਪਾਈ ਸੀ ਕਿ ਇਹ ਪੰਜ ਕੋਰਸ ਤੁਸੀਂ ਲੈ ਕੇ ਆ ਸਕਦੇ ਹੋ ਜਿਹਦੇ ਵਿੱਚ ਅਸੀਂ ਮੈਡੀਕਲ ਫੀਲਡ ਦੇ ਰਿਲੇਟਡ ਦੱਸੇ ਸੀ ਤੁਸੀਂ ਸਕਿਲਡ ਦੇ ਰਿਲੇਟਡ ਜਾਂ ਇੰਜੀਨੀਅਰਿੰਗ ਦੇ ਰਿਲੇਟਡ ਐਦਾਂ ਦੇ ਕੋਰਸ ਲੈ ਕੇ ਆਵੋ ਜਿਨ੍ਹਾਂ ਦਾ ਅੱਗੇ ਜਾ ਕੇ ਤੁਹਾਨੂੰ ਪਤਾ ਲੱਗੇਗਾ ਵੀ ਅਸੀਂ ਬੱਚੇ ਤੇ ਪੈਸਾ ਇਨਵੈਸਟ ਕਰ ਰਹੇ ਹਾਂ ਤੇ ਇਹਦਾ ਕੋਈ ਨਾ ਕੋਈ ਅੱਗੇ ਜਾ ਕੇ ਬੈਨੀਫਿਟ ਹੈਗਾਗਾ ਸੋ ਬਾਕੀ ਨਵੀਆਂ ਅਪਡੇਟਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਈ ਵਾਰ ਕੀ ਹੁੰਦਾ ਕਿ YouTube ਤੇ ਸਾਡੇ ਕੋਲ ਵੀਡੀਓ ਨਹੀਂ ਪੈਂਦੀ ਕਿਉਂਕਿ ਸਾਡਾ ਸਕੈਜੂਲ ਬਹੁਤ ਬੀਜ਼ੀ ਹੁੰਦਾ ਬਟ ਅਸੀਂ Instagram ਪੇਜ ਦੇ ਉੱਤੇ ਸਿੱਧੂ ਕਪਲ ਪੇਜ ਤੇ ਉੱਥੇ ਅਸੀਂ ਟਾਈਮ ਟੂ ਟਾਈਮ ਅਪਡੇਟਸ ਪਾਉਂਦੇ ਰਹਿੰਦੇ ਆ ਬਾਕੀ ਸਾਡੀ ਟੀਮ ਤੇ ਕੰਟੈਕਟ ਨੰਬਰ ਵੀ ਮੈਂਸ਼ਨ ਆ ਸਾਡਾ ਮੇਨ ਹੈੱਡ ਆਫਿਸ ਹੈਗਾ ਬੱਬ ਬਠਿੰਡੇ ਸੋ ਤੁਸੀਂ ਆਫਿਸ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਕੁਐਰੀ ਆ ਇਮੀਗ੍ਰੇਸ਼ਨ ਨੂੰ ਲੈ ਕੇ ਆਪਾਂ ਇਸ ਵੀਡੀਓ ਦੀ ਸਮਾਪਤੀ ਇੱਥੇ ਕਰਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸ